ਬੁਲਾਇਆ ਜਾ ਉਹਨਾਂ ਨੂੰ ਤਿੰਨੋਂ ਜਣੇ ਪੈਗ ਲਾਉਣ ਲੱਗੇ ਇਹਦੇ ਨਾਲ ਇੱਕ ਹੋਰ ਮੁੰਡਾ ਸੀਗਾ ਮੋਨੇ ਮੁੰਡਾ ਸੀਗਾ ਤੇ ਅਸੀਂ ਉਹਨਾਂ ਨੂੰ ਕਿਹਾ ਭਾਈ ਤੁਸੀਂ ਇਹ ਪੈਗ ਕਿਉਂ ਲਾ ਰਹੇ ਹੈਗੇ ਹੋ ਤੁਸੀਂ ਪਾਣਾ ਪਾਇਆ ਇਹਨੇ ਉਲਟਾ ਉਲਟਾ ਚੋੜਾ ਕਰ ਕੇ ਕਹਿੰਦਾ ਹੈਗਾ ਗੁੰਡਾ ਦਲ ਵਾਲੇ ਦਾਰੂ ਪੀ ਸਕਦੇ ਤੁਹਾਨੂੰ ਜ਼ਿਆਦਾ ਪਤਾ ਹੈਗਾ ਹਥਿਆਰ ਚੱਕਿਆ ਹਥਿਆਰ ਚੱਕਿਆ ਮੁੰਡੇ ਦੇ ਮਾਰੇ ਭਾਈ ਤੁਸੀਂ ਹਥਿਆਰ ਕਿਉਂ ਚੱਕਿਆ ਕਿਉਂ ਆ ਜਾਂਦੇ ਦੋ ਪੀਸ ਹੋ ਗਏ ਜੀ ਆ ਟੁੱਟਿਆ ਦਾ ਮਾਰ ਲੱਗਿਆ ਜੀ ਇਹਨਾਂ ਕੋਲ ਹਥਿਆਰ ਚੱਕਿਆ ਚਲੋ ਇਹਨੇ ਸਾਡੇ ਮੇਰੇ ਛਾਤੀ ਤੇ ਮਾਰਿਆ ਅੱਛਾ ਜੀ ਛਾਤੀ ਤੇ ਮਾਰਿਆ ਮੇਰਾ ਬਚਾਅ ਹੋ ਗਿਆ ਮੈਂ ਜੈਕਟ ਪਾਈ ਸੀ ਜਲੰਧਰ 'ਚ ਉਸ ਵੇਲੇ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਕੁਝ ਸਿੱਖਾਂ ਨੇ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਸ਼ਰਾਬ ਪੀ ਰਹੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਜਦੋਂ ਸਿੱਖਾਂ ਨੇ ਉਹਨਾਂ ਨੂੰ ਨਿਹੰਗਾਂ ਨੂੰ ਬਾਣਾ ਪਾ ਕੇ ਸ਼ਰਾਬ ਪੀਣ ਤੇ ਰੋਕਿਆ ਤਾਂ ਉਹਨਾਂ ਨੇ ਸਿੱਖਾਂ ਤੇ ਹਮਲਾ ਵੀ ਕਰ ਦਿੱਤਾ, ਜਿਸ ਵਿੱਚ ਸਿੱਖ ਨੌਜਵਾਨ ਵਾਲ ਵਾਲ ਬਚੇ ਨੇ। ਜਲੰਧਰ ਸ਼ਹਿਰ ਵਿੱਚ ਸਿੱਖ ਨੌਜਵਾਨਾਂ ਨੇ ਸਿੰਘਾਂ ਦੇ ਬਾਣੇ ਵਿੱਚ ਅਹਾਤੇ 'ਚ ਸ਼ਰੇਆਮ ਸ਼ਰਾਬ ਪੀਂਦੇ ਦੋ ਨੌਜਵਾਨਾਂ ਨੂੰ ਫੜਿਆ। ਇਸ ਦੀ ਖਬਰ ਸਿੱਖ ਜਥੇਬੰਦੀਆਂ ਤੱਕ ਵੀ ਪਹੁੰਚੀ ਤੇ ਸ਼ਰਾਬ ਪੀ ਰਹੇ ਨੌਜਵਾਨਾਂ ਨੇ ਕਿਹਾ ਕਿ ਉਹ ਬੁੱਢਾ ਦਲ ਨਾਲ ਸੰਬੰਧਿਤ ਨੇ ਤੇ ਸ਼ਰਾਬ ਪੀ ਸਕਦੇ ਨੇ। ਸਿੱਖ ਨੌਜਵਾਨਾਂ ਦਾ ਕਹਿਣਾ ਸੀ ਕਿ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਸ਼ਰਾਬ ਪੀਣਾ ਅਤਿ ਨਿੰਦਣਯੋਗ ਹੈ ਤੇ ਧਰਮ ਇਸ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਦਿੰਦਾ ਹੈ। ਭਾਈ ਨੂੰ ਪੁੱਛੋ ਭਾਈ ਸ਼ਰਾਬ ਪੀਤੀ ਹੈ ਦਿਖਾਓ ਇਹਨੂੰ। ਇਸ ਦੌਰਾਨ ਕਾਫੀ ਦੇਰ ਤੱਕ ਅਹਾਤੇ ਵਿੱਚ ਹੰਗਾਮਾ ਹੁੰਦਾ ਰਿਹਾ। ਨਿਹੰਗ ਸਿੰਘਾਂ ਨੇ ਹਥਿਆਰਾਂ ਨਾਲ ਹਮਲਾ ਵੀ ਕਰ ਦਿੱਤਾ ਸੀ। ਇਸ ਹਮਲੇ ਵਿੱਚ ਸਿੱਖ ਨੌਜਵਾਨ ਵਾਲ ਵਾਲ ਬਚ ਗਏ। ਕਹਿੰਦਾ ਨਹੀਂ ਭਾਈ ਅਸੀਂ ਪੀ ਸਕਦੇ ਦਾਰੂ, ਸਾਨੂੰ ਅਲਾਊਡ ਹੈਗੀ ਹੈ ਤੇ ਬਾਅਦ ਚ ਸਾਡੇ ਤੇ ਮਾਰ ਕੀਤਾ ਸਾਡੇ ਦੋ ਬੰਦਿਆਂ ਨੇ ਮਾਰ ਸਮਝਾਇਆ। ਸਿੱਖਾਂ ਤੇ ਉਹਨਾਂ ਨੂੰ ਸ਼ਰਾਬ ਪੀਣ ਤੋਂ ਰੋਕਣ ਦੇ ਦੋਵੇਂ ਸ਼ਰਾਬ ਪੀ ਰਹੇ ਵਿਅਕਤੀ ਭੜਕ ਗਏ ਤੇ ਉਹਨਾਂ ਨੇ ਸਿੱਖਾਂ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਇਹ ਹਮਲਾ ਇੰਨੀ ਤਾਕਤ ਨਾਲ ਕੀਤਾ ਗਿਆ ਸੀ ਕਿ ਇੱਕ ਹਥਿਆਰ ਦਾ ਮਜ਼ਬੂਤ ਲੱਕੜ ਦਾ ਹੈਂਡਲ ਵੀ ਟੁੱਟ ਗਿਆ। ਸਿੱਖ ਨੌਜਵਾਨਾਂ ਵੱਲੋਂ ਸ਼ਰਾਬ ਪੀਂਦੇ ਫੜੇ ਗਏ ਦੋ ਨਿਹੰਗ ਸਿੰਘਾਂ ਨੇ ਆਪਣਾ ਨਾਮ ਜਰਨੈਲ ਸਿੰਘ ਵਾਸੀ ਮੋਗਾ ਤੇ ਗੁਰਪ੍ਰਤਾਪ ਸਿੰਘ ਵਾਸੀ ਸ਼ਾਹਕੋਟ ਦੱਸਿਆ। ਦੋਵੇਂ ਹਾਦਸੇ ਵਿੱਚ ਇੱਕ ਪ੍ਰਵਾਸੀ ਨਾਲ ਬੈਠ ਕੇ ਸ਼ਰਾਬ ਪੀ ਰਹੇ ਸਨ ਤੇ ਇਸ ਤੋਂ ਬਾਅਦ ਉਹਨਾਂ ਨੇ ਧਰਮ ਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਸਿੱਖ ਨੌਜਵਾਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ, ਗੁਰੂ ਦੀ ਬਾਣੀ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਵੇ, ਪਰ ਤੁਸੀਂ ਲੋਕ ਬਾਣੇ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਹੋ। ਇਸ ਤੇ ਦੋਵੇਂ ਨਿਹੰਗ ਸਿੰਘ ਭੜਕ ਗਏ ਤੇ ਹੰਗਾਮਾ ਹੋ ਗਿਆ। ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ, ਹਮਦਰਦ ਟੀਵੀ।